ਅੱਜ ਮੈਂ ਨਾ ਬਹੁਤ ਟਾਈਮ ਸਪੈਂਡ ਕੀਤਾ ਇੱਥੇ ਕੈਂਪਰਸ ਦੇ ਨਾਲ ਜਿਹੜੇ ਬਾਹਰੋਂ ਦੂਜੀਆਂ ਯੂਰਪ ਕੰਟਰੀਜ਼ ਤੋਂ ਅਮੈਰੀਕਾ ਵਗੈਰਾ ਤੋਂ ਮੂਵ ਹੋਏ ਨੇ ਗੋਰੇ ਅਤੇ ਇੱਕ ਲਾਈਫ ਆਪਾਂ ਜਿੰਨੇ ਹਾਂ ਜਿਹਦੇ ਵਿੱਚ ਆਪਾਂ ਨੂੰ ਕੰਸਰਨ ਹੁੰਦਾ ਹੈ ਕਿ ਸਾਡੇ ਆਪਣਾ ਘਰ ਹੋਵੇ ਗੱਡੀ ਹੋਵੇ ਵੱਡਾ ਘਰ ਹੋਵੇ ਵੱਡੀ ਗੱਡੀ ਹੋਵੇ ਬੈਂਕ ਬੈਲੈਂਸ ਹੋਵੇ ਅਦਰਵਾਈਜ਼ ਲੋਕ ਕੀ ਕਹਿਣਗੇ ਰਾਈਟ ਆਪਾਂ ਦੂਜਿਆਂ ਨਾਲ ਆਪਣੇ ਆਪ ਨੂੰ ਬਹੁਤ ਕੰਪੇਅਰ ਕਰਦੇ ਹਾਂ ਔਰ ਸਪੈਸ਼ਲੀ ਕਿ ਲੋਕ ਕੀ ਕਹਿਣਗੇ ਇਹ ਇੱਕ ਇਹਨਾਂ ਦਾ ਲਾਈਫ ਸਟਾਈਲ ਹੈ ਦੇ ਡੋਂਟ ਕੇਅਰ ਸਾਡੇ ਕੋਲ ਪੈਸਾ ਹੈ ਨਹੀਂ ਹੈਗਾ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ ਹੈਗਾ ਉਹਦੇ ਨਾਲ ਸਿਰਫ ਇਹਨਾਂ ਦਾ ਮੇਨ ਮੋਟਿਵ ਹੈ ਕਿ ਅਸੀਂ ਆਪਣੀ ਲਾਈਫ ਆਪਣੇ ਹਿਸਾਬ ਨਾਲ ਜੀਣੀ ਹੈ ਇੱਥੇ ਦੇਖੋ ਇਹ ਕੈਂਪਰਸ ਵਿੱਚ ਰਹਿੰਦੇ ਨੇ ਗੱਡੀਆਂ ਵਿੱਚ ਰਹਿੰਦੇ ਨੇ ਸੌਂਦੇ ਨੇ ਕਿਉਂਕਿ ਅਫੋਰਡ ਨਹੀਂ ਕਰ ਪਾਉਂਦੇ ਹੈਗੇ ਐਕਸਪੈਂਸਿਵ ਬਹੁਤ ਹੈ ਸਕੋਮਿਸ਼ ਵਿੱਚ ਰਹਿਣਾ ਪਰ ਆਡ ਜੋਬਸ ਕਰਦੇ ਨੇ ਉਸ ਤੋਂ ਬਾਅਦ ਜਿੰਨਾ ਟਾਈਮ ਹੁੰਦਾ ਇਹਨਾਂ ਨੂੰ ਹੁੰਦਾ ਕਿ ਅਸੀਂ ਨੇਚਰ ਦੇ ਨੇੜੇ ਰਿਲੇਟ ਰਹੀਏ ਇੱਥੇ ਜੋ ਅਸੀਂ ਆਪਣਾ ਚਾਹੁੰਦੇ ਹਾਂ ਫਿਜ਼ੀਕਲ ਐਕਸਰਸਾਈਜ਼ ਹੋਬੀਜ਼ ਨੇ ਇਹਨਾਂ ਦੇ ਜੋ ਵੀ ਉਹ ਕਰਦੇ ਨੇ ਔਰ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ ਕਿ ਸਾਡੇ ਬਾਰੇ ਕੋਈ ਕੀ ਸੋਚਦਾ ਹੈ ਇਹਨਾਂ ਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਕਿ ਕਿਸੇ ਕੋਲ ਕਿਹੜੀ ਗੱਡੀ ਹੈ ਕੀ ਹੈ ਕੌਣ ਕਿੰਨਾ ਅਮੀਰ ਹੈ ਸੱਚ ਏ ਗੁੱਡ ਮੈਸੇਜ ਮੈਂ ਤਾਂ ਬੜੀ ਇੰਪ੍ਰੈਸ ਹੋਈ ਇਹਨਾਂ ਦੀ ਲਾਈਫ ਦੇਖ ਕੇ ਕਿੰਨੀ ਪੋਜ਼ਿਟਿਵ ਹੈਗੀ ਆ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਕੋਈ ਟੌਕਸਿਕ ਇਹਨਾਂ ਦੀ ਇੱਦਾਂ ਦਾ ਹੈ ਨਹੀਂ ਇੱਕ ਦੂਜੇ ਨੂੰ ਮੈਸੇਜ ਜਾਂਦਾ ਬਟ ਸੀਰੀਅਸਲੀ ਔਰ ਆਪਣੀ ਇੱਕ ਦੇਖ ਲਓ ਆਪਾਂ ਅੱਧੀ ਲਾਈਫ ਆਪਣੀ ਇਹੀ ਖਰਾਬ ਕਰ ਦਿੰਦੇ ਹਾਂ ਸੋਚ ਸੋਚ ਕੇ ਕਿ ਲੋਕ ਕੀ ਕਹਿਣਗੇ ਗਵਾਂਢੀ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਜਦਕਿ ਆਪਾਂ ਕਿਤੇ ਸਹੀ ਹੁੰਦੇ ਹਾਂ ਪਰ ਫਿਰ ਵੀ ਆਪਾਂ ਨੂੰ ਇਹੀ ਇੱਕ ਸਟ੍ਰੈਸ ਮਾਰ ਕੇ ਰੱਖਦੀ ਹੈ ਕਿ ਲੋਕ ਕੀ ਕਹਿਣਗੇ ਸੋ